ਤੁਸੀਂ ਅੱਜ ਇੱਥੇ ਪਹੁੰਚੇ ਹੋ ਤੇ ਇੱਕ ਸਵਾਲ ਹੈ ਕਿ ਸੈਂਟਰ ਦੇ ਵਿੱਚ ਵਿਰੋਧੀ ਧਿਰ ਨੂੰ ਖਤਮ ਕੀਤਾ ਜਾ ਰਿਹਾ, ਇੱਥੇ ਸੈਨੇਟ ਨੂੰ ਖਤਮ ਕੀਤਾ ਜਾ ਰਿਹਾ, ਜਿਹੜੇ ਵਿਦਿਆਰਥੀ ਅਦਾਰੇ ਨੇ ਉਹਨਾਂ ਦੇ ਉੱਤੇ ਨਿਸ਼ਾਨਾ ਸਾਧਣ ਦਾ ਮੰਤਵ ਕੀ ਹੈ? ਹਰ ਇੱਕ ਚੀਜ਼ ਨੂੰ ਹੀ ਖਤਮ ਕੀਤਾ ਜਾ ਰਿਹਾ ਜੀ ਇਸ ਮੁਲਕ ਦੇ ਵਿੱਚ। ਤਿੰਨ ਕਾਲੇ ਕਾਨੂੰਨਾਂ ਤੋਂ ਇਹ ਜਿਹੜਾ ਲੋਕਤੰਤਰ ਹੈ ਔਰਤਾਂ ਦੀਆਂ ਗੁੱਤਾਂ ਤੱਕ ਆ ਗਿਆ। ਤੁਸੀਂ ਇੱਥੇ ਦੇਖਿਆ ਪਿਛਲੇ ਦਿਨਾਂ 'ਚ ਚੰਡੀਗੜ੍ਹ 'ਚ ਇੱਕ ਇਕੱਲੀ ਔਰਤ ਨੂੰ ਗੱਬੇ ਖੜਾ ਕੇ ਉਹਦੇ ਨਾਲ ਕਿੰਨੀ ਬਦਤਮੀਜੀ ਕੀਤੀ ਗਈ, ਉਹਦੀ ਇੱਜ਼ਤ 'ਤੇ ਹੱਥ ਪਾਇਆ ਗਿਆ। ਸਰਦਾਰ ਬੰਦੇ ਦੀ ਪੱਗ ਇੱਕ, ਉਹਦੀ ਇੱਜ਼ਤ ਹੁੰਦੀ ਹੈ, ਉਵੇਂ ਉਹਨਾਂ ਨੇ ਉਹਦੀਆਂ ਗੁੱਤਾਂ ਗੱਬੇ ਖੜਾ ਕੇ ਪੱਟੀਆਂ 'ਤੇ ਗੱਲ ਕਰਨ ਦਾ ਜਿਹੜਾ ਸਲੀਕਾ ਸੀ, ਤਾਂ ਮੈਨੂੰ ਇਹ ਲੱਗਣੋਂ ਹੀ ਹਟ ਗਿਆ ਵੀ ਇਹ ਲੋਕਤੰਤਰ ਹੈ। ਫਿਰ ਉੱਤੋਂ ਦਬਾਇਆ ਵੀ ਜਾ ਰਿਹਾ ਅਤੇ ਅੱਜ ਤੱਕ ਲਾਸਟ ਮੂਮੈਂਟ ਦੇ ਉੱਤੇ ਉਹਨਾਂ 'ਤੇ ਕੋਈ ਪਰਚਾ ਵੀ ਨਹੀਂ ਹੋਇਆ। ਧਰਨੇ ਵੀ ਲਾ ਹਟੇ, ਉਹ ਮਤਲਬ ਇਕੱਠ ਵੀ ਕਰ ਹਟੇ, ਸਭ ਕੁਛ ਕਰ ਹਟੇ, ਕੋਈ ਪ੍ਰਸ਼ਾਸਨ ਹੈ ਜਿਹੜਾ ਸੁਣਵਾਈ ਦੇ ਮੂਡ 'ਚ ਹੈ ਨਹੀਂ ਕਿ ਅਸੀਂ ਉਹ ਪਰਚਾ ਕੱਟਾਂਗੇ। ਇੱਦਾਂ ਹੀ ਅੰਦੋਲਨ ਤੋਂ ਜੇ ਗੱਲ ਕਰੀਏ, 8 ਮਹੀਨੇ ਉੱਥੇ ਬੈਠਿਆਂ ਨੂੰ ਹੋ ਗਏ 550 ਤੋਂ ਉੱਤੇ, 600 ਦੇ ਨੇੜੇ ਤੇੜੇ ਸ਼ਹਾਦਤਾਂ ਵੀ ਹੋ ਗਈਆਂ, ਬੜੇ ਲੋਕ ਕਿੰਨੀਆਂ ਰੁੱਤਾਂ ਉੱਥੇ ਬਦਲ ਗਈਆਂ, ਉੱਥੇ ਕੋਈ ਸੁਣਵਾਈ ਨਹੀਂ। ਹੁਣ ਉਵੇਂ ਇਹ ਵੀ ਮੁੱਦਾ ਜਿਹੜਾ ਪਿਛਲੇ ਅਕਤੂਬਰ ਨਵੰਬਰ ਤੋਂ ਉੱਠਿਆ ਹੋਇਆ ਸੈਨੇਟ ਦਾ, ਇੱਥੇ ਵੀ ਕੋਈ ਸੁਣਵਾਈ ਨਹੀਂ, ਡੇਟਾਂ ਦੇ ਦਿੱਤੀਆਂ ਜਾਂਦੀਆਂ ਨੇ, ਹਾਈ ਕੋਰਟ ਵੀ ਕਹਿ ਦਿੰਦਾ ਕਿ ਤੁਸੀਂ ਕਰਵਾਓ ਇਲੈਕਸ਼ਨਾਂ ਸੂਬੇ ਦੀ ਸਰਕਾਰ ਤੋਂ ਅਤੇ ਹਾਈ ਕੋਰਟ ਹੈ, ਸੈਂਟਰ ਦੀ ਸਰਕਾਰ ਤੋਂ ਅਤੇ ਸੁਪਰੀਮ ਕੋਰਟ ਹੈ। ਹੁਣ ਜਦੋਂ ਹਾਈ ਕੋਰਟ ਨਹੀਂ ਕਹਿਤਾ ਫਿਰ ਵੀ ਕੋਈ ਸੁਣਵਾਈ ਨਹੀਂ, ਤਾਂ ਫਿਰ ਅਖੀਰ 'ਚ ਜਾ ਕੇ ਸਾਡੇ ਕੋਲ ਧਰਨੇ ਦਾ ਹੀ ਰੂਪ ਬਚਦਾ। ਸੋ ਉਸੇ ਚੀਜ਼ ਨੂੰ ਬਚਾਉਣ ਲਈ ਬਿੱਲੇ ਬਾਈ ਉਹਨਾਂ ਨੇ ਧਰਨਾ ਲਾਇਆ ਅਤੇ ਅਸੀਂ ਬਾਈ ਉਹਨਾਂ ਕੋਲ ਆਏ ਹਾਂ, ਅਤੇ ਇਹੀ ਅਪੀਲ ਕਰਨ ਆਏ ਹਾਂ ਕਿ ਪੰਜਾਬ ਦੇ ਲੋਕ ਵੱਧ ਤੋਂ ਵੱਧ ਆ ਕੇ, ਕਿਉਂਕਿ ਇਹ ਸਾਡੇ ਲੋਕਾਂ ਦਾ ਧਰਨਾ ਅਤੇ ਸਾਡੇ ਸੂਬੇ ਦਾ ਧਰਨਾ, ਪੰਜਾਬ ਦਾ ਮੁੱਦਾ, ਵੱਧ ਤੋਂ ਵੱਧ ਇੱਥੇ ਆ ਕੇ ਜਿਵੇਂ ਆਪਾਂ ਦਿੱਲੀ ਵਾਲੇ ਧਰਨੇ 'ਚ ਸਹਿਯੋਗ ਕੀਤਾ, ਉਵੇਂ ਵੱਧ ਤੋਂ ਵੱਧ ਨੌਜਵਾਨੀ, ਖਾਸ ਕਰਕੇ ਕੋਈ ਪੜ੍ਹਿਆ ਯੂਨੀਵਰਸਿਟੀ ਤੋਂ ਨਹੀਂ ਪੜ੍ਹਿਆ, ਇਹ ਨਹੀਂ ਮੁੱਦਾ ਹੈਗਾ, ਗੱਲ ਇਹ ਪੰਜਾਬ ਦੀ ਹੈ, ਵੱਧ ਤੋਂ ਵੱਧ ਆ ਕੇ ਤੁਸੀਂ ਵੀਰੇ ਉਹਨਾਂ ਦਾ ਜਿਹੜਾ ਸਹਿਯੋਗ ਕਰੋ, ਅਗਲੀਆਂ ਰਣਨੀਤੀਆਂ ਬਣਾਈਏ ਤਾਂ ਜੋ ਹੋਰ ਜਿਹੜਾ ਪ੍ਰੈਸ਼ਰ ਸਰਕਾਰ 'ਤੇ ਪੈ ਸਕੇ ਅਤੇ ਜਿਹੜੀ ਸੈਨੇਟ ਦੀ ਡੇਟ ਹੈ ਉਹ ਆਪਾਂ ਜਲਦ ਤੋਂ ਜਲਦ ਲੈ ਸਕੀਏ। ਤੁਹਾਡੇ ਆਉਣ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਨਹੀਂ ਕਿ ਬਿਕਰਮਜੀਤ ਸਿੰਘ ਮਜੀਠੀਆ ਹੁਣੀ ਵੀ ਇੱਥੋਂ ਹੋ ਕੇ ਗਏ ਆ। ਸਵਾਲ ਇਹ ਹੈ ਕਿ ਸਿਆਸਤਦਾਨ ਅੱਜ ਇਹਨਾਂ ਧਰਨਿਆਂ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਨੇ, ਜਿਨ੍ਹਾਂ ਦਾ ਕਿ ਪਹਿਲਾਂ ਕਿਸਾਨ ਮੋਰਚੇ ਵੱਲੋਂ ਜਾਂ ਹੋਰਾਂ ਵੀ ਕਈ ਅਦਾਰਿਆਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਵੀ ਇਹਨਾਂ ਦਾ ਆਪਾਂ ਇਹਨਾਂ ਨੂੰ ਛੱਡਣਾ ਆ, ਇਹਨਾਂ ਨੂੰ ਪਿੰਡਾਂ ਦੇ ਵਿੱਚ ਸਵਾਗਤ ਨਹੀਂ ਕਰਨਾ ਅਤੇ ਵੋਟਾਂ ਮੰਗਣ ਆਉਣ 'ਤੇ ਇਹਨਾਂ ਨੂੰ ਭਜਾਓ, ਅਤੇ ਇਸ ਕਾਲ ਦਾ ਹੁਣ ਤੁਹਾਨੂੰ ਕੀ ਲੱਗਦਾ ਕੀ ਸਟੈਂਡ ਹੈ ਕਿ ਇਹਨਾਂ ਦਾ ਇੱਥੇ ਆਉਣ ਨਾਲ ਮੋਰਚੇ ਨੂੰ ਲਾਹਾ ਹੋ ਰਿਹਾ? ਜੇ ਤੁਸੀਂ ਗੱਲ ਕੀਤੀ ਆ ਕਿ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਹੈ ਨਾ ਕੌਲ, ਇਹ ਤਾਂ ਉਹ ਆਪਣੀ ਇੱਥੇ ਰਾਜਨੀਤੀ ਕਰਨ ਲਈ ਨਹੀਂ ਆਏ ਸੀਗੇ। ਇੱਕ ਅਸੀਂ ਮੈਂ ਮਤਲਬ ਕਿ ਇਹ ਤੁਹਾਨੂੰ ਪਤਾ ਹੀ ਹੋਣਾ ਕਿ 10 ਦਿਨ ਤੋਂ ਇੱਥੇ ਬੈਠੇ ਹਾਂ, ਉਸ ਦਿਨ ਤੋਂ ਮੈਂ ਲਗਾਤਾਰ ਇਹ ਅਪੀਲ ਕਰ ਰਿਹਾ ਕਿ ਜਿੰਨੇ ਯੂਨੀਵਰਸਿਟੀ ਨਾਲ ਜੁੜੇ ਹੋਏ ਲੋਕ ਨੇ, ਯੂਨੀਵਰਸਿਟੀ ਹਿਤੈਸ਼ੀ ਨੇ, ਪੰਜਾਬ ਹਿਤੈਸ਼ੀ ਨੇ, ਉਹ ਸਾਡੇ ਕੋਲ ਆਉਣ, ਤਾਂ ਇਹ ਬਾਕੀ ਜਿਹੜੀਆਂ ਇਹ ਗੱਲਾਂ ਹੁੰਦੀਆਂ ਨਾ ਵੀ ਰਾਜਨੀਤੀ, ਉਹ ਇੱਥੇ ਰਾਜਨੀਤੀ ਕਰਨ ਲਈ ਨਹੀਂ ਆਏ ਸੀ, ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਆਏ ਸੀ, ਉਹ ਸਿਰਫ ਅਤੇ ਸਿਰਫ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ ਤਾਂ ਆਏ ਸੀ, ਇੱਥੋਂ ਦੇ ਵਿਦਿਆਰਥੀ ਰਹੇ ਹੋਣੇ ਆ, ਜਿਵੇਂ ਬਾਈ ਦਲਵੀਰ ਗੋਲਡੀ ਹੋਰੀ ਆਏ ਆ, ਜਿਵੇਂ ਕੁਲਜੀਤ ਨਾਗਰਾ ਜੀ ਆਏ ਨੇ, ਉਹਨਾਂ ਨੇ ਆਪਣੀ ਵਿਦਿਆਰਥੀ ਰਾਜਨੀਤੀ ਇੱਥੋਂ ਹੀ ਕੀਤੀ ਆ। ਤਾਂ ਉਸ ਦਿਨ ਵੀ ਮਤਲਬ ਮੀਡੀਆ ਨੂੰ ਬਾਈ ਗੋਲਡੀ ਵੀ ਇਹ ਗੱਲ ਕਹਿ ਰਹੇ ਸੀਗੇ ਕਿ ਮੈਂ ਜਦੋਂ ਗੇਟ ਦੇ ਅੰਦਰ ਐਂਟਰ ਹੋ ਜਾਂਦਾ ਤਾਂ ਜੇ ਮੈਂ MLA ਹਾਂ ਜਾਂ ਮੈਂ ਕਾਂਗਰਸੀ ਹਾਂ ਉਹ ਚੀਜ਼ਾਂ ਬਾਹਰ ਰਹਿ ਜਾਂਦੀਆਂ ਨੇ, ਇੱਥੇ ਯੂਨੀਵਰਸਿਟੀ ਦੇ ਵਿੱਚ ਮੈਂ ਸਿਰਫ ਅਤੇ ਸਿਰਫ ਯੂਨੀਵਰਸਿਟੀ ਦਾ ਵਿਦਿਆਰਥੀ ਹਾਂ। ਤਾਂ ਜਿੰਨੇ ਪੰਜਾਬ ਹਿਤੈਸ਼ੀ ਲੋਕ ਨੇ, ਮੈਂ ਉਹਨਾਂ ਮਤਲਬ ਇਹ ਉਹਨਾਂ ਨੂੰ ਹੋਰ ਤੁਹਾਡੇ ਮਾਧਿਅਮ ਰਾਹੀਂ ਅੱਜ ਫਿਰ ਮੈਂ ਅਪੀਲ ਕਰਦਾ ਕਿ ਜਿਹੜੇ ਹਾਲੇ ਵੀ ਨਹੀਂ ਪਹੁੰਚੇ, ਜਿਹੜੇ ਚਾਹੁੰਦੇ ਨੇ ਕਿ ਯੂਨੀਵਰਸਿਟੀ ਆ ਜਿਹੜੀ ਉਹ ਬਚੀ ਰਹੇ ਜਾਂ ਜਿਹੜੀ ਇਹ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਦਾਅਵਾ ਮਜ਼ਬੂਤ ਰਹੇ, ਉਹਨਾਂ ਨੂੰ ਬੇਨਤੀ ਆ ਕਿ ਆਓ ਇੱਥੇ, ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਤਾਂ ਇਹ ਮਤਲਬ ਉਹ ਰਾਜਨੀਤੀ ਨਾਲ ਇਹਨਾਂ ਗੱਲਾਂ ਨੂੰ ਆਪਾਂ ਨਾ ਜੋ ਤੇ ਰਹਿ ਗਈ ਗੱਲ ਵੀ ਮਜੀਠੀਆ ਸਾਹਿਬ ਆਏ ਆ ਤਾਂ ਇੱਕ ਚੰਗੀ ਗੱਲ ਹੈ, ਸਰਕਾਰ ਦਾ ਉਹ ਹਿੱਸਾ ਰਹੇ ਆ ਪਹਿਲਾਂ, ਹੁਣ ਵੀ ਇਹ ਉਹ ਵਿਰੋਧੀ ਧਿਰ 'ਚ ਹੈਗੇ ਆ, ਤਾਂ ਉਹਨਾਂ ਨੂੰ ਇਹ ਮੁੱਦਾ ਜਾ ਕੇ ਸਰਕਾਰ ਕੋਲ ਵੀ ਰੱਖਣਾ ਚਾਹੀਦਾ ਸੂਬੇ ਦੀ ਕੋਲੇ ਕਿ ਸਾਡਾ ਜਿਹੜਾ ਜ਼ਮੀਨੀ ਪੱਧਰ 'ਤੇ ਸੰਘਰਸ਼ ਹੈ ਉਹ ਤਾਂ ਅਸੀਂ ਕਰ ਹੀ ਰਹੇ ਹਾਂ, ਸਰਕਾਰ ਸਾਡੇ ਲਈ ਕੀ ਕਰ ਸਕਦੀ ਹੈ, ਉੱਥੋਂ ਕੋਈ ਪ੍ਰਪੋਜ਼ਲ ਲਿਆ ਕੇ ਉਹ ਸਾਡਾ ਕਿਵੇਂ ਸਮਰਥਨ ਕਰ ਸਕਦੇ ਆ, ਸਾਥ ਦੇਣਾ ਦੇ ਸਕਦੇ ਆ, ਉਹ ਉਹਨਾਂ ਨੂੰ ਵੀ ਚਾਹੀਦਾ ਕੋਈ ਨਾ ਕੋਈ ਐਸੀ ਨੀਤੀ ਜਾਂ ਐਸੀ ਕਮੇਟੀ ਬਣਾਈ ਜਾਵੇ ਜਿਹੜੀ ਸਾਡੇ ਨਾਲ ਆ ਕੇ ਕੇਂਦਰ ਦੇ ਖਿਲਾਫ ਹੈ ਸੰਘਰਸ਼ ਲੜ ਸਕੇ। ਤੁਸੀਂ ਅੱਜ ਇੱਥੇ ਪੁੱਜੇ ਹੋ ਇਸ ਮੋਰਚੇ ਦੀ ਸਹਾਇਤਾ ਵਾਸਤੇ, ਤੁਸੀਂ ਕੋਈ ਕਾਲ ਦੇਣਾ ਚਾਹੋਗੇ? ਬਿਲਕੁਲ, ਮੈਂ ਇਹੀ ਬੇਨਤੀ ਕਰੂੰਗਾ ਸਾਰੇ ਪੰਜਾਬ ਦੇ ਜਾਂ ਜਿੰਨੇ ਵੀ ਯੂਨੀਵਰਸਿਟੀ ਤੋਂ ਪਾਸ ਆਊਟ ਨੇ, ਚਾਹੇ ਨਹੀਂ ਵੀ ਹੈਗੇ, ਚਾਹੇ ਉਹ ਕਿਸੇ ਵੀ ਸੂਬੇ ਨਾਲ ਜੁੜਦੇ ਆ, ਕਿਉਂਕਿ ਇਹ ਯੂਨੀਵਰਸਿਟੀ ਹੁਣ ਜੇ ਮੈਂ ਕਹਿ ਦਾਂ ਇਕੱਲੇ ਪੰਜਾਬ ਦੀ ਹੈ, ਇਕੱਲੇ ਪੰਜਾਬ ਦੀ ਨਹੀਂ, ਹਰਿਆਣੇ, ਹਿਮਾਚਲ, ਹਰ ਇੱਕ ਤਰ੍ਹਾਂ ਦਾ ਸਟੂਡੈਂਟ ਆ ਜਿਹੜਾ ਇੱਥੇ ਪੜ੍ਹ ਕੇ ਗਿਆ, ਸਾਨੂੰ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਲੋਕ ਮਿਲਦੇ ਆ ਜਿਹੜੇ ਹਰਿਆਣੇ ਦੀ ਵੀ, ਜਿਹੜੇ ਕਹਿੰਦੇ ਕਿ ਅਸੀਂ ਯੂਨੀਵਰਸਿਟੀ ਤੋਂ ਪਾਸ ਆਊਟ ਹਾਂ। ਤਾਂ ਤੁਹਾਨੂੰ ਸਭ ਨੂੰ ਅੱਜ ਆਉਣਾ ਚਾਹੀਦਾ ਯੂਨੀਵਰਸਿਟੀ ਦੇ ਬਚਾਅ ਲਈ,
क्योंकि ये साढ़े हकों की लड़ाई है। वो तो वे तुम आके बई उन्हों का साथ दोगे तो असी यह जी संघर्ष है इनू होर मजबूती मिलेगी। ये जंग है जी होर तकड़े होकर लड़ जाएंगे। डीसी की भूमिका कि देखते हो इन्ने दिन हो गए धरना लगे हुए। डीसी साहब ने तो कहते सौक गनमैन रखे हुआ जी आपके नाल आले दुआले उन्होंने घर के भी चंगा पहरा लग्या हो दफ्तर दफ्तर देखो दफ्तर के आले दुआले देखो बैरीकेटिंग है। बैरीकेट तोड़ के असं दिल्ली पहुंचे से तोड़न लिए तो सानू हुण भी ये कोई ज़्यादा समा नहीं लगेगा पर असी मान मर्यादा च रहने असी उस लैवल ते हले आए नहीं है तो फिर हुण जे ये इदा की बैरीकेटिंग कर दी जाऊगी तुसी सोच सकते हो कि फिर असी आपकी गल किहदे कोल रखांगे। दस दिन हो गए बई उन्होंने कोल वीसी साहब नहीं आए तो फिर हुण सुनवाई किहदे कोल होगी। जां तां हुण असी दिल्ली उत्ते मोदी साहब को जा बड़िए यही हल हो सकता तो सुनना चाहिए। ये शर्मयोग गल है जे एक स्टूडेंट ये मंदिर है साडा असी अध्यापक नूं एक रब का रुतबा दिता गया जे सानू कोई प्रॉब्लम है तो असं उन्होंने को जावे तो सुनवाई कोई नहीं। इस चीज़ की लड़ाई है हाँ लग ही रहा बिल्कुल बैरीकेट संघ के इशारे भी लगे हुए हैं जी तो गनमैन भी ने बैरीकेट भी है सब कुछ है तो कोई गल नहीं। ये उन्होंने आपकी विचारधारा है साड़ी है जी उसी साड़ी आपकी विचारधारा है पर सानू साढ़े जिहड़े अध्यापक ने जां साढ़े माँ प्यो ने उन्होंने भी कदे दूजा पक्ष नहीं सिखाया कि असी लड़ाई झगड़े वाले पक्ष च पहला जाइए। वैसे साढ़े ते आरोप बहुत लगते हैं पर असी पहला शांतमई तरीके संघर्ष करते हैं तो उही ये पिछले 10 दिन तो कर रहे हैं तो आने वाले दिनों भी असी शांतमई ही रहांगे।